ਹਾਂਜੀ ਸ਼ੁਰੂ ਏ ਸ਼ੁਰੂ ਉਮਰਾਸੀ ਇਹ ਕਹਿੰਦਾ ਟਰ ਜਾਂਦਾ ਸਿਆਣੇ ਕੋਲ ਉਹਨੂੰ ਜਾ ਕੇ ਕਹਿੰਦਾ ਮੇਰਾ ਕੰਮ-ਸ਼ਾਮ ਕੋਈ ਨਹੀਂ ਤੇ ਬਾਬਾ ਜੀ ਕੋ ਹਸਾਬ-ਕਿਤਾਬ ਲਾਓ ਕੋਈ ਕੰਮ-ਸ਼ਾਮ ਚੱਲੇ ਬਾਬਾ ਕਹਿੰਦਾ ਠੀਕ ਏ ਬਈ ਤੂੰ ਇੰਜ ਕਰ ਕਿ ਕੱਲ ਆਈ ਤੇ ਆਪਣੇ ਘਰ ਦੀ ਮਿੱਟੀ ਜਿਹੜੀ ਇਹਨੂੰ ਨਾਲ ਲੈਵੀਂ ਕਹਿੰਦਾ ਠੀਕ ਉਹ ਦੂਸਰੇ ਦਿਨ ਟਰ ਜਾਂਦੇ ਨੇ ਕਰੇਸ਼ੀ ਸਾਹਿਬ ਹਾਂ ਉਹ ਜਾ ਕੇ ਉਹਨਾਂ ਤੋਂ ਮਿੱਟੀ ਦਿੰਦੇ ਨੇ ਬਾਬੇ ਹੋਰਾਂ ਨੂੰ ਅੰਤਾਂ ਜੀ ਬਾਬਰਾਂ ਕੋਲ ਪਹਿਲੇ ਵੀ ਬੜੇ ਮਰੀਦ ਬੈਠੇ ਹੁੰਦੇ ਨੇ ਤੇ ਬਾਬਾ ਜਿਹੜਾ ਨੋਸ ਹਿਸਾਬ ਲਾ ਰਿਹਾ ਹੁੰਦਾ ਸਾਰਿਆਂ ਦਾ ਹਾਂਜੀ ਬਈ ਆਇਆ ਹਾਂ ਤੂੰ ਵੀ ਅੱਗੇ ਜਿੱਦੋਂ ਨੇੜੇ ਹੁੰਦਾ ਨਾ ਕਹਿੰਦਾ ਮਿੱਟੀ ਕੰਦਾ ਐ ਲੋ ਜੀ ਮਿੱਟੀ ਫੜੋ ਉਹ ਬਾਬਾ ਅੰ ਮਿੱਟੀ ਭੜਦਾ ਸੌਂਗ ਦਾ ਹਿਸਾਬ ਲਾਂਦਾ ਕਹਿੰਦਾ ਬਈ ਕੰਮ ਬੜਾ ਖਰਾਬ ਏ ਉਹ ਇਹ ਕੁੜੀ ਤੇਰੀ ਜਿਹੜੀ ਆ ਨਾ ਇੱਕ ਰੋਣਾ ਠੰਦਾ ਜਿਹੜਾ ਨਾ ਪ੍ਰੋਗਰਾਮ ਬਣਾਣ ਲਈ ਇਹ ਬਹੁਤ ਪਰੇਸ਼ਾਨ ਹੋ ਜਾਂਦਾ ਚਿਹਰਾ ਲਟਕ ਜਾਂਦਾ ਫੇਰ ਬਾਬਾ ਫੇਰ ਮਿੱਟੀ ਸਿੰਘ ਦਾ ਫੇਰ ਕਹਿੰਦਾ ਬਈ ਕੰਮ ਬੜਾ ਖਰਾਬ ਆ ਮੁੰਡੇ ਤੇਰਾ ਜਿਹੜੇ ਨੇ ਨਾ ਇਹ ਭੈੜੀ ਬਹਿਣੀ ਬਹਿ ਗਏ ਨਹੀਂ ਤੇ ਉਹਨਾਂ ਨੂੰ ਬਚਤ ਅਧਿਕਾਰ ਇਹ ਚੋਰ ਬੰਦੇ ਨਹੀਂ ਉਹ ਚੱਕੇ ਨਹੀਂ ਮੁੰਡੇ ਗੁੰਡੇ ਨਹੀਂ ਉਹਨਾਂ ਨੂੰ ਪ੍ਰੇਸ਼ ਕਰਵਾ ਇਹ ਹੋਰ ਪਰੇਸ਼ਾਨ ਹੋ ਜਾਂਦਾ ਕਿ ਕੰਮ ਤਾਂ ਬਹੁਤ ਖਰਾਬ ਹੋ ਰਿਹਾ ਫੇਰ ਮਿੱਟੀ ਫੇਰ ਸੁੰਗਦਾ ਫੇਰ ਕਹਿੰਦਾ ਬਈ ਤੇਰਾ ਤੇ ਕੋਈ ਸ਼ੈ ਨਹੀਂ ਬਚਦੀ ਵੀ ਇਹ ਪੁੱਛਦੇ ਨੇ ਕੀ ਹੋਇਆ ਕਹਿੰਦਾ ਤੇਰੀ ਬੁੱਢੀ ਜਿਹੜੀ ਹੈ ਨਾ ਉਹ ਮਸਾਇਆ ਤੇ ਬੰਦੇ ਦੇ ਨਾਲ ਸੈਟ ਹੈ। ਹੂੰ ਉਹ ਜਦੋਂ ਆਣੀ ਗੱਲ ਕਰਦਾ ਨਾ ਗਲਮਲੀ ਅੱਛਾ ਤੇ ਇਹ ਮਰਾਸੀ ਸਾਹਿਬ ਨਾ ਸੁਣਾ ਸ਼ੁਰੂ ਕਰ ਦਿੰਦੇ ਨੇ। ਹੂੰ ਉਹ ਸਿਆਣਾ ਬਾਬਾ ਜਿਹੜਾ ਉਹ ਪਰੇਸ਼ਾਨ ਹੋ ਜਾਂਦਾ ਇਹ ਮਰਾਸੀ ਆਨਾ ਘਸਦਾ ਕਿ ਵਿਲਣਾ ਸ਼ੁਰੂ ਕਰ ਦਿੰਦਾ ਹੱਸ ਕੇ। ਹੂੰ ਉਹ ਕਹਿੰਦਾ ਹੋਇਆ ਕੀ ਆ ਇਹ ਮਰਾਸੀ ਸਾਹਿਬ ਆਪਣੇ ਹਾਸੇ ਨੂੰ ਕੰਟਰੋਲ ਕਰਦੇ ਨੇ। ਹੂੰ ਕਹਿੰਦੇ ਬਾਬਾ ਜੀ ਘਰ ਦੀ ਖੈਰ ਬਣਾਓ। ਹੂੰ ਉਹ ਕਹਿੰਦਾ ਕੀ ਹੋਇਆ ਕਹਿੰਦਾ ਮੈਂ ਆਪਣੇ ਘਰੋਂ ਮਿੱਟੀ ਲੈ ਆਣੀ ਭੁੱਲ ਗਿਆ ਮੈਂ ਤੇ ਤੁਹਾਡੇ ਵੜੇ ਦੀ ਮਿੱਟੀ ਲੈਂਦੇ ਹਤੇ ਇਹ ਜਿਹੜੇ ਸਿਆਣੇ ਨੇ ਚਾਲੀ ਪੀਏ ਇਹਨਾਂ ਤੋਂ ਪਨਾਹ ਮੰਗੋ ਜਿਹੜਾ ਨਾ ਇਹ ਜਿਹੜੀਆਂ ਦੁਕਾਨਦਾਰੀਆਂ ਲਾਈਆਂ